ਅਕਾਲ ਜੀ, ਮੈਂ ਗੋਪਾਲ ਸਿੰਘ ਨੰਬਰਦਾਰ, ਪਿੰਡ ਮੀਰਾ, ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ। ਮੇਰੇ ਖਿਆਲ ਮੁਤਾਬਕ ਨੰਬਰਦਾਰ ਪੜ੍ਹਿਆ ਲਿਖਿਆ ਔਰ ਸਿਆਣਾ ਸਮਝਦਾਰ ਔਰ ਸੱਚ ਬੋਲਣ ਵਾਲਾ ਹੋਣਾ ਚਾਹੀਦਾ, ਜੋ ਸਰਕਾਰੀ ਹਦਾਇਤਾਂ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਜਾਣਕਾਰੀ ਰੱਖਦਾ ਹੋਵੇ। ਅਤੇ ਕੋਈ ਵੀ ਤਸਦੀਕ ਕਰਨੀ ਆ, ਪਿੰਡ ਦਾ ਆਦਮੀ ਰਹਿਣ ਵਾਲਾ, ਕਦੋਂ ਤੋਂ ਰਹਿਣ ਵਾਲਾ, ਕੀ ਉਹਦਾ ਨਾਂ ਆ, ਜੇ ਮਾਲਕ ਦੇ ਬਾਰੇ ਪੁੱਛਣਾ ਹੋਵੇ ਮਾਲਕੀਤ ਕਿੰਨੀ ਆ, ਤਾਂ ਉਹ ਸਹੀ ਤਸਦੀਕ ਕਰੇ। ਕੋਈ ਰਜਿਸਟਰੀ ਵਗੈਰਾ, ਕੋਈ ਹਲਫਨਾਮਾ, ਕੋਈ ਵੀ ਚੀਜ਼ ਤਸਦੀਕ ਕਰਨੀ ਆ ਤਾਂ ਉਹਨੂੰ ਸਹੀ ਤਸਦੀਕ ਕਰੇ। ਇਸ ਤੋਂ ਅੱਗੇ ਹੈਗਾ ਵੀ ਜੇ ਕਹਿੰਦੇ ਹੈਗੇ ਜੀ ਵੀ ਨੰਬਰਦਾਰ ਪੁਸ਼ਤੀ ਹੋਣਾ ਚਾਹੀਦਾ ਜਾਂ ਬਦਲ ਦੇਣਾ ਚਾਹੀਦਾ, ਜੇ ਇਹਦਾ ਨੰਬਰਦਾਰ ਜੱਦੀ ਪੁਸ਼ਤੀ ਤੁਰਿਆ ਆਉਂਦਾ, ਉਹ ਸਿਆਣਾ ਸਮਝਦਾਰ ਆ, ਉਹ ਜਾਣਦਾ ਵਾ ਵੀ ਨੰਬਰਦਾਰੀ ਦੇ ਕੀ ਅਸੂਲ ਆ, ਅਤੇ ਉਹ ਵੀ ਹੋ ਜਾਣਾ ਚਾਹੀਦਾ। ਨਹੀਂ ਤਾਂ ਪੜ੍ਹਿਆ ਲਿਖਿਆ ਬੰਦਾ ਬਣਨਾ ਚਾਹੀਦਾ। ਇਹ ਕੋਈ ਜ਼ਰੂਰੀ ਨਹੀਂ ਵੀ ਜੋ ਪਿੱਛੋਂ ਬਣਿਆ ਆਉਂਦਾ ਉਹ ਮਾੜਾ ਵਾ, ਨਿਕੰਮਾ ਵਾ, ਰਿਸ਼ਵਤ ਲੈਣ ਵਾਲਾ ਆ, ਗਲਤ ਤਸਦੀਕਾਂ ਕਰਨ ਵਾਲਾ ਵਾ, ਉਹਨੂੰ ਬਣਾਇਆ ਜਾਵੇ। ਸਰਕਾਰਾਂ ਨੇ ਮਾਣ ਤਾਂ ਕੀਤਾ ਹੀ ਕੋਈ ਨਹੀਂ, ਸਰਕਾਰਾਂ ਤਾਂ ਪੁੱਛਦੀਆਂ ਨਹੀਂ ਨੰਬਰਦਾਰ ਹੈ ਕਿੱਥੇ ਆ, ਐਕ ਹੁਣ ਇਹਨਾਂ ਪਤਾ ਲਾ ਤਾ ਸਰਕਾਰ ਨੇ। ਇਸ ਤੋਂ ਹੋਰ ਕੋਈ ਨਹੀਂ, ਕਿਸੇ ਠਾਣੇ ਟਫਾਣੇ ਕਿਸੇ ਅਫਸਰ ਦੇ ਰਹੇ ਕੋਈ ਪੁੱਛਦਾ ਨਹੀਂ ਤੂੰ ਕਿੱਥੋਂ ਆ ਵੀ, ਨਾ ਕੋਈ ਤਹਿਸੀਲਦਾਰ ਪੁੱਛਦਾ, ਨਾ ਕੋਈ SDM ਪੁੱਛਦਾ, ਨਾ ਕੋਈ SHO ਪੁੱਛਦਾ। ਇੰਨੀ ਕੁ ਹੈਗੀ ਆ ਪਹੁੰਚ ਨੰਬਰਦਾਰ ਦੀ। ਜਿੱਥੇ ਵੀ ਸਰਕਾਰੀ ਕੋਈ ਵੀ ਅਦਾਰਾ ਵਾ, ਉੱਥੇ ਉਹਦੀ ਪੁੱਛਗਿੱਛ ਹੋਵੇ, ਜੋ ਕਵੇ ਉਹ ਸੁਣਿਆ ਜਾਵੇ। ਜੇ ਉਹ ਸਹੀ ਕਹਿੰਦਾ ਵਾ ਉਹਦੀ ਮੰਨੀ ਜਾਵੇ, ਜੇ ਗਲਤ ਵਾ ਤਾਂ ਉਹਨੂੰ ਰਹਿਣ ਦਿੱਤਾ ਜਾਵੇ। ਨਹੀਂ, ਮੇਰੇ ਪਿਤਾ ਜੀ ਨੰਬਰਦਾਰ ਨੇ, ਉਹ ਸਰਪੰਚ ਸੀ ਉਸ ਸਮੇਂ, ਤਾਂ ਜਿਹੜਾ ਹਲਕਾ ਪਟਵਾਰੀ ਸੀ ਉਹਨੇ ਆਣ ਕੇ ਪਿਤਾ ਜੀ ਨੂੰ ਕਿਹਾ ਵੀ ਨੰਬਰਦਾਰ ਤੁਸੀਂ ਬਣ ਜਾਓ। ਉਹ ਬਹੁਤ ਮਾਲ ਅਤੇ ਉਹ ਵਾਕਫ ਸੀਗੇ, ਸਿਆਣੇ ਸੀ, ਉਹਨੇ ਮੁਰੱਬੇਬੰਦੀਆਂ ਕਰਵਾਈਆਂ ਸੀ, MBA ਇੱਥੋਂ ਦੀ ਵੀ ਕਰਵਾਈ, ਵਡੇਲ ਮੌਜਾ, ਵਡੇਲ ਕਦੀਮ, ਵਡੇਲ ਹਰਨਾਮਪੁਰ, ਵਡੇਲ ਖੁਦਾ ਬਖਸ਼ਵਾਲਾ, ਉਹਨਾਂ ਸਾਰਿਆਂ ਪਿੰਡਾਂ ਦੇ ਨਾਲ ਹੋ ਕੇ ਉਹ ਮੁਰੱਬੇਬੰਦੀ ਕਰਵਾਈ ਸੀ। ਉਹ ਜਾਣਦੇ ਸੀ, ਉਹ ਕਹਿਣ ਲੱਗੇ ਮੈਂ ਨਹੀਂ ਬਣਨਾ, ਉਹ ਨਹੀਂ ਬਣਨਾ ਅਤੇ ਮੁੰਡੇ ਨੂੰ ਬਣਾ ਦੇ। ਮੇਰੀ ਉਦੋਂ ਉਮਰ ਬਹੁਤ ਜ਼ਿਆਦਾ ਨਹੀਂ ਸੀ, ਤੈਨੂੰ ਵੇਚ ਦਈ ਹਾਂ ਮੈਂ 48 ਤਾਂ ਮੇਰਾ ਹੈਗਾ ਜੰਮ, ਅਤੇ 77 ਦੇ ਵਿੱਚ ਮੈਂ ਬਣ ਗਿਆ। ਜ਼ਿਮੀਂਦਾਰਾਂ ਨੂੰ ਕੁਛ ਹੱਦ ਤੱਕ ਤਾਂ ਸਰਕਾਰ ਉਹਨਾਂ ਨੂੰ ਰਾਗਬਾ ਵੀ ਦਿੰਦੀ ਆ, ਦੱਸਦੀ ਜਾਣਕਾਰੀ ਵੀ ਦਿੰਦੀ ਆ, ਮਹਿਕਮਾ ਖੇਤੀਬਾੜੀ ਵਾਲੇ ਵੀ ਦੱਸਦੇ ਆ, ਪਰ ਜੋ ਹੋਣਾ ਚਾਹੀਦਾ ਜਿੱਥੋਂ ਤੱਕ ਖੇਤੀ ਦਾ ਮੁੱਲ ਆ ਉਹ ਨਹੀਂ ਸਹੀ ਮਿਲ ਰਿਹਾ ਜ਼ਿਮੀਂਦਾਰ। ਹੁਣ ਜਿਸ ਤਰ੍ਹਾਂ ਗੰਨਾ ਆ, ਗੰਨੇ ਦੀ ਕੀਮਤ ਨਹੀਂ ਮਿਲ ਰਹੀ ਉਹਨਾਂ ਨੂੰ, ਜ਼ਿਮੀਂਦਾਰ ਸਟ੍ਰਾਈਕਾਂ ਕਰਦੇ ਆ, ਸੜਕਾਂ 'ਤੇ ਬੈਠੇ ਆ, ਕਈ ਕਈ ਸਾਲ ਹੋ ਗਏ, ਕਰੋੜਾਂ ਰੁਪਈਆ ਜਿਹੜਾ ਵਾ ਜ਼ਿਮੀਂਦਾਰ ਦਾ ਫਸਿਆ ਬੈਠਾ। ਕਿਹਦਾ ਰੇਟ ਵੀ ਫਿਕਸ ਹੋਣਾ ਚਾਹੀਦਾ, ਆਲੂ ਦਾ ਵੀ ਹੋਣਾ ਚਾਹੀਦਾ ਵਾ, ਬਾਸਮਤੀ ਦਾ ਵੀ ਹੋਣਾ ਚਾਹੀਦਾ ਆ, ਜਿਹੜੀਆਂ ਸਬਜ਼ੀਆਂ ਆ ਉਹਨਾਂ ਦਾ ਵੀ ਹੋਣਾ ਚਾਹੀਦਾ ਆ, ਘੱਟ ਤੋਂ ਘੱਟ ਜਿਹੜਾ ਮੁੱਲ ਆ ਉਹ ਤੋਂ ਵੱਧ ਜਿਹੜਾ ਖਰੀਦਦਾ ਖਰੀਦੇ, ਘੱਟ ਨਾ ਖਰੀਦੇ ਕੋਈ ਵੀ, ਸਰਕਾਰ ਦਾ ਕੋਈ ਇੰਤਜ਼ਾਮ ਹੀ ਹੈ ਨਹੀਂ। ਆ ਹੁਣ ਪਿਆਜ਼ ਜਿਹੜਾ ਹੈ 120 ਰੁਪਈਏ ਕਿਲੋ ਇੱਥੇ ਮਿਲਿਆ, ਕਿੱਥੇ ਸਰਕਾਰ ਗਈ ਸੀ, ਪੁੱਛਿਆ ਸਰਕਾਰ ਨੇ ਕਿਸੇ ਨੂੰ ਵੀ ਇੰਨਾ ਮਹਿੰਗਾ ਪਿਆਜ਼ ਦਾ ਰੇਟ ਇਹ ਹੋਵੇ, ਉੱਥੇ 2 ਰੁਪਏ ਕਿਲੋ ਆ ਨਾਸਕ ਵਿੱਚ, ਜਦੋਂ ਉੱਥੇ ਨਿਕਲਦਾ ਆ ਤਾਂ ਮੁੜ ਕੇ 120 ਰੁਪਈਏ ਕਿਲੋ ਹੋ ਗਿਆ। ਉਹ ਮਹਿੰਗਾਈ ਨੂੰ ਠਲੇ ਪੈਣੇ ਚਾਹੀਦੇ ਨੇ ਉਸ ਫਿਲ, ਮੈਨੂੰ ਦੱਸਿਆ ਸੀ ਕਿਸੇ ਨੇ ਡੈਕਮ ਫਿਲ ਸੀਗਾ, ਸਾਲਟ ਡੈਕਮ ਫਿਲ, ਹਾਂਜੀ ਸਾਲਟ ਸੀ ਕਹਿੰਦੇ।